ਵਾਹ ਜੀ ਵਾਹ, ਕਿਆ ਬਾਤ ਆ ਬਾਬੇ ਦੀ। ਬਾਬਾ ਜੀ ਬਸ ਬਾਬਾ ਐਵੇਂ ਨਹੀਂ, ਬਾਬੇ ਦੀ ਬ੍ਰਾਂਡ ਆ ਬਾਬਾ। ਮਿਹਨਤੀ ਆ ਬਾਬਾ ਬਾਈ। ਚਲੋ ਚੁੱਕੋ ਯਾਰ ਪਿੱਛੇ ਕਰੋ। ਸਲਾਮ ਅਲੈਕਮ ਜੀ, ਸਾਡੇ ਸਬਸਕ੍ਰਾਈਬਰ ਨੂੰ ਕੀ ਕਰਨਾ ਜੀ? ਸਬਸਕ੍ਰਾਈਬ ਕਰਨਾ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਚੈਨਲ ਨੂੰ ਬਲੌਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਹਨਾਂ ਨਹੀਂ ਕੀਤਾ, ਤੇ ਜਿਹਨਾਂ ਕੀਤਾ ਤਾਂ ਲਾਈਕ ਕਰ ਦੇਣ, ਸ਼ੇਅਰ ਕਰ ਦੇਣ ਤੇ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਲੱਗੀ ਆ ਵੀਡੀਓ, ਤੇ ਸਾਡੇ ਚੈਨਲ ਨੂੰ ਅੱਗੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਹਾਂਜੀ, ਤਾਂ ਕਿ ਲੋਕਾਂ ਨੂੰ ਨਵੀਆਂ ਤੋਂ ਨਵੀਆਂ ਵੀਡੀਓ ਵੇਖਣ ਨੂੰ ਮਿਲਣ। ਤੇ ਅੱਜ ਅਸੀਂ ਕੀ ਕਰ ਰਹੇ ਹਾਂ ਜੀ? ਅੱਜ ਅਸੀਂ ਜੀ ਇਹ ਆਪਣੀ ਗਰਾਉਂਡ ਦੇ ਅੰਦਰ ਪਾਣੀ ਲਾਉਣ ਡੇ ਆ। ਅੱਛਾ, ਇਹ ਜ਼ਰਾ ਠੰਡੀ ਗਰਾਉਂਡ ਹੋਏਗੀ, ਆਵਾਮ ਨੂੰ ਖੇਡਣ ਦਾ ਮਜ਼ਾ ਆਏਗਾ। ਤੇ ਪਾਣੀ ਲਾਉਣ ਦਾ ਮਕਸਦ ਇਹ ਆ ਕਿ ਜੀ ਘੱਟਾ ਜਿਹੜਾ ਉੱਠਦਾ ਨਾ, ਨਾਲੇ ਘੱਟਾ ਨਹੀਂ ਉੱਡੇਗਾ। ਤੇ ਇੱਕ ਹੋਰ ਚੀਜ਼ ਆ ਜੀ, ਇਹ ਉਹ ਵਿਕਟ ਆ ਅਸੀਂ ਜਿਹੜੀ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਜੀ। ਰੂਲਾ ਕੱਲ੍ਹ ਲੈ ਕੇ ਆਏ ਹਾਂ, ਪਿਛਲੀ ਵੀਡੀਓ 'ਚ ਅਸੀਂ ਦਿਖਾਇਆ ਸੀ ਕਿ ਅਸੀਂ ਕਤਰਾਂ ਲਾ ਕੇ ਨਿਸ਼ਾਨੀਆਂ ਤੇ ਪਿੱਚ, ਤੇ ਇਹ ਪਿੱਚ ਉਹ ਤਿਆਰ ਹੋ ਚੱਲੀ ਆ ਤਕਰੀਬਨ। ਅਸੀਂ ਪਾਣੀ ਲਾ ਤਾ, ਉਹ ਰੂਲਾ ਉੱਤੇ ਲੈ ਕੇ ਆਏ ਦੇ ਹਾਂ, ਰੂਲਿੰਗ ਕਰ ਰਹੇ ਹਾਂ, ਠੀਕ ਹੈ। ਤੇ ਸਾਈਡਾਂ 'ਤੇ ਵੀ ਆ ਗਰਾਊਂਡ ਨੂੰ ਪਾਣੀ ਲਾ ਰਹੇ ਹਾਂ, ਅਤੇ ਇਹ ਪੈਪ ਆ ਰਿਹਾ, ਤੁਸੀਂ ਜੈਸਾ ਕਿ ਦੇਖ ਰਹੇ ਹੋ ਕਿ ਉਹ ਪੈਪ ਆ ਰਿਹਾ ਸਿੱਧਾ। ਇਹ ਦੇਖੋ, ਇਹ ਦੇਖੋ। ਜਿਸ ਤਰ੍ਹਾਂ ਕਿ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਅਸੀਂ ਪਿੱਚ ਤਿਆਰ ਕਰ ਰਹੇ ਹਾਂ, ਜਗ੍ਹਾ ਗਰਾਊਂਡ ਬਣਾ ਰਹੇ ਹਾਂ, ਅਤੇ ਅੱਜ ਅਸੀਂ ਇਹਦੇ 'ਚ ਘੱਟਾ ਕਾਫੀ ਹੈ, ਦੇਖੋ ਖੁਸ਼ਕ ਹੋਣ ਦੀ ਵਜ੍ਹਾ ਨਾਲ ਘੱਟਾ ਕਾਫੀ, ਅਤੇ ਅੱਜ ਅਸੀਂ ਇਹਨੂੰ ਪਾਣੀ ਲਾ ਰਹੇ ਹਾਂ ਕਿ ਘੱਟਾ ਪੈ ਜਾਵੇ ਅਤੇ ਗਰਾਊਂਡ ਇਕੁਅਲ ਹੋ ਜਾਵੇ, ਅਤੇ ਜਿਹੜੇ ਇਹਨਾਂ ਨੇ ਉੱਚੀ ਨੀਵੀਂ ਜਗ੍ਹਾ ਉਹ ਪਾਣੀ ਨਾਲ ਕਲੀਅਰ ਹੋ ਜਾਵੇ। ਬਾਅਦ 'ਚ ਹੋਰ ਅਸੀਂ ਸੁਹਾਗਾ ਮਾਰ ਕੇ ਅਤੇ ਗਰਾਊਂਡ ਦੀ ਕਰਾਂਗੇ ਤਿਆਰੀ, ਅਤੇ ਹੁਣ ਅਸੀਂ ਇਹ ਜਨਰੇਟਰ ਚਲਾ ਕੇ ਅਤੇ ਪਾਣੀ ਲਾ ਰਹੇ ਹਾਂ, ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿੱਥੇ ਜਨਰੇਟਰ ਚਲਾਇਆ ਤਾ ਉਹ ਜਗ੍ਹਾ 'ਤੇ ਪਾਣੀ ਬਾਦਸ਼ਾਹ ਦਾ ਰੁਕਿਆ ਤਾ ਸੀ, ਅਤੇ ਉੱਥੇ ਜਨਰੇਟਰ ਦਾ ਪਾਣੀ ਪਾ ਕੇ ਅਤੇ ਗਰਾਊਂਡ ਤੱਕ ਇਹ ਪੈਪ ਲੈ ਕੇ ਆਏ ਹਾਂ। ਦੇਖੋ ਇਹ ਦੇਖੋ ਜੀ, ਜਨਰੇਟਰ ਅਸਾਂ ਚਲਾਇਆ ਤਾ, ਠੀਕ ਹੈ, ਅਤੇ ਇੱਥੇ ਅਸੀਂ ਪੈਪ ਲਾਇਆ, ਬਾਦਸ਼ਾਹ ਦਾ ਪਾਣੀ ਇੱਥੇ ਜਮ੍ਹਾਂ ਸੀ ਕਾਫੀ, ਪਾਣੀ ਤਾਂ ਉਹਦੇ ਗੰਦਾ ਹੀ ਆ, ਪਰ ਅਸਾਂ ਕਿਹੜਾ ਇਹਨੂੰ ਇਸਤੇਮਾਲ 'ਤੇ ਲਿਆਉਣਾ ਨਾ ਪੀਣ ਦੇ ਜਾਂ ਕਿਸੇ ਦੇ, ਅਸੀਂ ਤਾਂ ਲਾਉਣਾ ਗਰਾਊਂਡ ਨੂੰ। ਉਹ ਗਰਾਊਂਡ ਤੱਕ ਪੈ ਜਾ ਰਿਹਾ ਪੈ, ਠੀਕ ਹੈ, ਇਹ ਦੇਖ ਗੁੱਡ ਯਾਰ, ਬਾਬਾ ਅਖੀਰ ਕਰ ਗਿਆ ਯਾਰ, ਅੱਗੇ ਤੱਕ ਲਾ ਦੇ, ਨਾਲ ਨਾਲ ਪਿੱਚ ਨੂੰ ਵੀ ਪਾਣੀ ਲੱਗਦਾ ਪਿਆ ਨਾਲ ਨਾਲ, ਨਾਲ ਉੱਧਰ ਜਲਮੀ ਆ ਪਾਣੀ, ਇੱਕ ਜਗ੍ਹਾ ਕਿਉਂ ਖਲੋ ਗਿਆ ਇੱਥੇ ਹੀ ਹੈ ਧੂਆਂ ਯਾਰ, ਇੰਨਾ ਨਹੀਂ ਨਾ ਅਸੀਂ ਤਾਰੀਆਂ ਲਾਉਣੀਆਂ, ਅਸੀਂ ਤਾਂ ਘੱਟਾ ਬਿਠਾਉਣਾ, ਸਮਝ ਗਿਆ, ਬਦਲੀ ਜਾਓ। ਅੱਛਾ ਨਾ ਬਾਲਟੀ ਨਾਲ ਕੀ ਕਰਨ ਲੱਗਾ, ਉਹ ਵਿਕਣ ਨੂੰ ਰਹਿਣ ਦੇ ਤੂੰ ਪੈਪ ਵਾਲਾ ਕੰਮ ਵਿੱਚ। ਉਹ ਇੰਜ ਨਹੀਂ ਯਾਰ, ਖਰਾਬ ਹੋ ਜਾਣੀ ਹੈ। ਇੱਥੋਂ ਪਾਣੀ ਗਾਂ ਨਿਬੜਨ ਨਹੀਂ ਡਿਆ, ਇੱਧਰ ਨੂੰ ਬੜੀ ਛੇਤੀ ਨਿਬੜਿਆ।
ਤੇ ਉਧਰ ਤੇ ਫੇਰਨਾ ਹੀ ਆ ਬਾਅਦ ਚ ਵੀ। ਚੱਲ ਜਾ ਹਜੇ ਨਾ ਸ਼ਾਮ ਨੂੰ ਆਈ। ਕਿਹੜੇ ਚ ਇੱਕ ਹੋਰ ਚੀਜ਼ ਆ ਇੱਧਰ, ਉਹ ਇੱਕ ਇੱਕ ਕਦਮ ਵੱਟ ਦੇ ਨਾਲ ਨਾ ਲੱਗੇ ਕੋਈ ਨੀ, ਉਹ ਬਾਉਂਡਰੀ ਉੱਥੇ ਖਤਮ ਹੋ ਜਾਣਾ ਉੱਥੇ ਜ਼ਰੂਰ, ਕਿਉਂ ਮੇਨ ਮੇਨ ਲਾਗੇ ਲਾਗੇ ਲੱਗੇ ਹੈ, ਇੱਕ ਇੱਕ ਲਾਂਘ ਛੱਡ ਛੱਡਿਓ ਬੰਨੇ ਨਾਲੋਂ। ਅਖੀਰ ਕਰ ਗਏ ਅੱਗੇ ਥੋੜਾ ਜਿਹਾ ਅੱਗੇ ਕਰ ਲੈਣਾ ਇੱਥੇ ਲਾ ਕੇ ਤੇ ਬਾਅਦ ਚ ਇੱਥੇ ਖੋਬਾ ਹੋ ਜਾਣਾ ਜੀ, ਅੱਗੇ ਕਰ ਥੋੜਾ ਜਿਹਾ। ਚੱਲ ਆਹੋ ਪਿੱਚ ਇੰਝ ਹੀ ਸਖਤ ਹੋਣੀ ਆ। ਸੁਹਾਗਾ ਜਦੂ ਵੱਜਣਾ ਨਾ ਫਿਰ ਤੇਰੀ ਮਿਹਰਬਾਨੀ ਬਾਹਰ ਆਉ ਖੱਪੇ ਮੁੱਕਣੇ ਐ ਵੇ, ਸੁਹਾਗਾ ਉੱਤੇ ਵੱਜਣਾ ਟੋਏ ਥੱਲੇ ਰਹਿਣੇ ਨੇ। ਇਹ ਨਾ ਸੋਚ ਸੁਹਾਗਾ ਵੱਜਣਾ ਇਹ ਉਹੀ ਗੱਲ ਫਿਰ ਡੀਂਗਾ ਚਿੱਬਾ ਰਹਿਣੀ ਆ। ਮੋਬਾਈਲ ਫੜਾ ਲੈਣਾ ਪਰਾਂ ਨੂੰ ਥੋੜਾ ਜਿਹਾ ਲਾਹੜ ਤੇ ਬਸ ਠੀਕ ਹੈ। ਸਲਾਬਾ ਪਹੁੰਚ ਪਤਾ ਕੀ ਹੈ ਨਾ ਵੀ ਲੱਗਾ ਦਾ ਹੋਏ ਨਾ ਪੂਰਾ ਗਿੱਲੀ ਉਹ ਥੱਲੂ ਸਲਾਬਾ ਫਿਰ ਗਿਆ ਹੁੰਦਾ। ਬਿਹਤਰੀਨ ਕੰਮ ਹੀ ਹੈ ਇਹ, ਕੰਮ ਠੀਕ ਇਸ ਤਰ੍ਹਾਂ ਫੇਰ ਲੈਂਦੇ। ਚੱਲ ਹੋ ਗਿਆ ਕਵਰ, ਆ ਜਾ ਪਿੱਛੇ ਆ ਜਾ ਪਿੱਛੇ। ਉਹ ਮੈਨੂੰ ਕਿਉਂ ਲਪੇੜਨ ਡਿਆ? ਆਇਆ ਸਹੀ ਆ, ਲੱਥ ਨਾ ਜਾਏ ਕਿਤੇ ਪੰਜਾ ਇੰਜ ਦਾ ਹੀ ਇੰਜ ਦਾ ਲਾਣ ਡਿਆ ਨਾ, ਇੰਜ ਦਾ ਲੱਗਦਾ ਪਾਣੀ ਜਲਦੀ ਲੱਗਦਾ। ਕਿੱਥੇ ਕੋਣਾ ਦਾ ਕੋਈ ਪਤਾ ਨੀ, ਉਹ ਅੱਖਾਂ ਮੀਟ ਲੈਂਦੇ ਆ ਗਿਆ ਪਾਣੀ। ਹੈ ਪਾਣੀ ਵੇਖੋ ਜੀ ਇਹ ਪੈਪ ਚ ਪਾਣੀ ਆ ਰਿਹਾ, ਆ ਗਿਆ ਪਾਣੀ, ਕੱਢ 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 ਕੱਢ, ਵੱਟ ਪੈ ਗਿਆ ਤੇ ਪੈਪ ਪਾੜ ਜਾਣੀ। ਛਾਵਾ 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 ਕੱਢ ਕੱਢ ਕੱਢ, ਅੱਗੇ ਹੈ ਅੱਗੇ ਤੱਕ। ਚੱਲ ਠੀਕ ਹੈ, ਇਹ ਜੀ ਪਿੱਚ ਦੀ ਤਿਆਰੀ ਹੈ ਸਾਡੀ ਹੈ। ਕੱਲ੍ਹ ਅਸੀਂ ਜਿਸ ਤਰ੍ਹਾਂ ਕਿ ਪਹਿਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਰੂਲਾ ਲੈ ਆਉਂਦਾ ਵਾ, ਅਤੇ ਇਹ ਪਿੱਚ 'ਤੇ ਰੂਲਿੰਗ ਹੁੰਦੀ ਹੈ ਠੀਕ ਹੈ। ਇਹ ਗਰਾਊਂਡ ਹੈ ਸਾਡੀ ਜੀ, ਅਤੇ ਪਾਣੀ ਅੱਜ ਅਸੀਂ ਲਗਾਉਣਾ ਜੀ।
ਠੀਕ ਹੈ, ਪੈਪ ਆ ਰਿਹਾ ਤਕਰੀਬਨ 2 ਕਿੱਲਿਆਂ ਦਾ ਪੈਪ ਹੈ, ਪਾਣੀ ਜਾ ਰਿਹਾ ਬੜੀ ਸਪੀਡ 'ਚ। ਤੇਲ ਮੋਗਾ ਦਾ ਹਾਂ ਮੈਂ ਨਿਬੜਨ ਡਿਆ ਕੰਮ ਹੁਣ। ਉਹ ਖਲੋਈ 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 ਚੱਲ ਜੀ ਰੋਟੀ ਆ। ਉਹ ਅੱਗੇ ਨੇ ਅੱਗੇ ਨਹੀਂ ਖੜਨਾ, ਕੱਦ ਨਾ ਘਰ ਇੱਥੇ ਜ਼ਰਾ ਸਹੀ ਲਾਇਓ ਰਨ ਅਪ ਜੇ, ਇੱਥੇ ਰਨ ਅਪ ਜੇ ਭਰੋ ਜ਼ਰਾ ਏਰੀਆ ਸਖ਼ਤ ਜੇ। ਉਹ ਤਾਂ ਕੱਢਿਆ ਨਹੀਂ ਯਾਰ, ਕਿਹੜਾ ਭਲਾ ਹੈ ਵੇਖ ਇੱਧਰ ਮੇਰੇ ਵੱਲ ਹੈ ਖੁਸ਼ਕ ਜਿਹਾ, ਉੱਥੋਂ ਪਿੱਛੇ ਨੂੰ ਹੋ ਜਾਵਾਂਗੇ ਜੀ ਉੱਧਰ ਥੋੜ੍ਹਾ ਜਿਹਾ ਹੁਣ ਇਹਦਾ ਇੱਧਰ ਨੂੰ ਇੱਧਰ ਨੂੰ ਜੀ। ਅਸੀਂ ਮਿਹਨਤ ਕਰ ਰਹੇ ਹਾਂ ਪੂਰੀ ਗਰਾਊਂਡ 'ਤੇ ਠੀਕ ਹੈ, ਤੁਹਾਨੂੰ ਅਪਡੇਟ ਦਿੰਦੇ ਰਹਿਣਾ ਅਸੀਂ ਜਿਹੜੀ ਜਿਹੜੀ ਅਸੀਂ ਵਰਕ ਕਰਨਾ ਜਿਹੜਾ ਜਿਹੜਾ ਸਾਡਾ ਕੰਮ ਹੋਣਾ ਰੋਜ਼ ਦੀ ਡੇਲੀ ਦੀ ਰੂਟੀਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਿਣਾ ਠੀਕ ਹੈ। ਅਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਨਵੇਂ ਦੇਖਣ ਵਾਲੇ ਨਵੇਂ ਜਿਹੜੇ ਵੀਵਰ ਨੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਬੈੱਲ ਆਈਕਨ ਦਬਾ ਦਿਓ ਤਾਂ ਕਿ ਸਾਡੇ ਨਾਲ ਨਾ ਤੁਹਾਡਾ ਰਾਬਤਾ ਬਣਿਆ ਰਹੇ, ਇਸੇ ਤਰ੍ਹਾਂ ਹੀ ਨਾ ਸਾਨੂੰ ਦੇਖਦੇ ਰਹੋ ਤੁਸੀਂ ਕੀ ਕਰਨੇ ਅਸੀਂ ਰੋਜ਼ ਦੇ ਰੋਜ਼ ਠੀਕ ਹੈ। ਅਤੇ ਜਿਨ੍ਹਾਂ ਕਰ ਲਿਆ ਤਾਂ ਸਬਸਕ੍ਰਾਈਬ ਉਹ ਤਾਂ ਕਰ ਦੇਣ, ਲਾਈਕ ਸ਼ੇਅਰ ਅਤੇ ਕਮੈਂਟ ਪਿਆਰਾ ਜਿਹਾ ਕਰਕੇ ਦੱਸ ਛੱਡਿਓ ਕਿ ਸਾਡੇ ਕਿਹੋ ਜਿਹੇ ਕੰਮ ਕੈਸੇ ਨੇ, ਸਾਡੇ ਠੀਕ ਨੇ ਕਿ ਨਹੀਂ, ਇਹ ਪੁੱਠੇ ਕੰਮ ਨੇ, ਕੰਮ ਠੀਕ ਅਸੀਂ ਕਰ ਰਹੇ ਹਾਂ ਠੀਕ ਹੈ। ਅਤੇ ਦੇਖੋ ਕਿਸ ਤਰ੍ਹਾਂ ਲੜਕੇ ਮਿਹਨਤ ਕਰ ਰਹੇ ਨੇ ਗਰਾਊਂਡ ਵਾਸਤੇ, ਅਤੇ ਜ਼ਾਹਰੀ ਬਾਤ ਆ ਖੇਡਣ ਵਾਸਤੇ ਜਾਂ ਕੋਈ ਵੀ ਕੰਮ ਕਰਨ ਵਾਸਤੇ ਉਹਦੇ ਵਾਸਤੇ ਮਿਹਨਤ ਚਾਹੀਦੀ ਹੈ, ਫਿਰ ਹੀ ਕੰਮ ਸਕਸੈਸ ਹੁੰਦਾ। ਅਤੇ ਨਾਲੇ ਖੇਡਣਾ ਜਿਹੜਾ ਬਹੁਤ ਅੱਛੀ ਚੀਜ਼ ਹੈ, ਡਾਕਟਰ ਟੀਚਰ ਜਿਹੜੇ ਨੇ ਉਹ ਇਸ ਚੀਜ਼ 'ਤੇ ਕਰਦੇ ਨੇ। ਅਤੇ ਇਨਸ਼ਾਅੱਲਾ ਸਾਡਾ ਪਾਣੀ ਲੱਗ ਗਿਆ ਅਤੇ ਗਰਾਊਂਡ ਜਿਹੜੀ ਹੈ ਨਾ ਉਹ ਘੱਟਾ ਛੱਟਾ ਬਹਿ ਜਾਣਾ, ਬਿਹਤਰੀਨ ਹੋ ਜਾਣੀ ਹੈ। ਬਦਲੋ ਯਾਰ ਬਾਬਾ ਚੁੱਕ ਉੱਧਰ ਗਾ ਇਹਨੇ ਪਿੱਛੇ ਨੂੰ ਆ ਨਾ ਉਹ ਲੜਕੇ ਬਾਈ ਛਾਵੇਂ ਵੀ ਬੈਠੇ ਦੇ ਨੇ, ਕੁਛ ਵਾਰੋ ਵਾਰੀ ਆਪਣਾ ਆਪਣਾ ਕੰਮ ਕਰ ਰਹੇ ਨੇ ਨਾ, ਵਾਰੀ ਰੱਖੀ ਦੀ ਆ ਜਿਹੜਾ ਕਰ ਲੈਂਦਾ ਫਿਰ ਉਹ ਜਾ ਕੇ ਬਹਿ ਜਾਂਦਾ ਅਤੇ ਬਾਕੀ ਫਿਰ ਦੋ ਆ ਜਾਂਦੇ ਨੇ ਠੀਕ ਹੈ। ਉੱਪਰ ਕੋਈ ਥੋੜ੍ਹੀ ਕੋਈ ਰੋਟੀ ਛੋਟੀ ਖਾਂਦੇ ਹਾਂ ਠੀਕ ਹੈ, ਅਤੇ ਤੁਸੀਂ ਸਾਡੇ ਨਾਲ ਨਾਲ ਜੁੜਿਆ ਰਹਿਣਾ, ਅਸੀਂ ਤੁਹਾਨੂੰ ਅਪਡੇਟ ਕਰਦਿਆਂ ਰਹਿਣਾ ਠੀਕ ਹੈ। ਇਹ ਸਾਡਾ ਏਰੀਆ ਜਿਹੜਾ ਨਾ ਕਵਰ ਹੋ ਗਿਆ ਤਕਰੀਬਨ, ਯਾਨੀ ਕਿ
ਚੌਂ ਹਿੱਸਿਆਂ ਚੋਂ ਡੇਢ ਹਿੱਸਾ ਇੱਕ ਅਤੇ ਅੱਧਾ ਹਿੱਸਾ ਹਾਂ ਕੰਮ ਕਵਰ ਕਰ ਛੱਡਿਆ, ਪਾਣੀ ਜਿਹੜਾ ਲਾਤਾ ਉਹ ਏਰੀਆ ਥੋੜ੍ਹਾ ਜਿਹਾ ਸੁੱਕਾ ਰਹਿ ਗਿਆ ਅਤੇ ਇਹ ਸਾਹਮਣੇ ਰਹਿ ਗਿਆ, ਇੱਧਰ ਕੰਮ ਕੰਪਲੀਟ ਹੁੰਦਾ ਜਾ ਰਿਹਾ ਜੀ, ਇਹ ਏਰੀਆ ਸਾਡਾ ਲੱਗ ਗਿਆ ਪਾਣੀ। ਹੁਣ ਲਓ ਜੀ ਅਲਹਮਦੁਲਿਲਾ ਜੀ ਅਸੀਂ ਗਰਾਊਂਡ ਨੂੰ ਪਾਣੀ ਲਾ ਦਿੱਤਾ, ਇਹ ਦੇਖਿਆ ਨਜ਼ਰ ਆ ਰਿਹਾ ਸਾਰੀ ਗਰਾਊਂਡ ਨੂੰ ਲਾ ਦਿੱਤਾ, ਵਿੱਚ ਕਿਤੇ ਕਿਤੇ ਡੱਬੇ ਜਿਹੜੇ ਰਹਿ ਗਏ ਨੇ ਨਾ ਉਹ ਕਵਰ ਹੋ ਜਾਣਗੇ, ਬਾਕੀ ਦੁਬਾਰਾ ਉਹ ਹੋਣਾ ਹੈ ਸੁਹਾਗਾ ਵੱਜਣਾ। ਅਤੇ ਅੱਜ ਅਸੀਂ ਜੀ ਪਾਣੀ ਲਾਇਆ ਗਰਾਊਂਡ ਨੂੰ, ਗਿੱਲਾ ਕੀਤਾ ਗਰਾਊਂਡ ਨੂੰ, ਅਤੇ ਹੁਣ ਘੱਟਾ ਛੱਟਾ ਬਹਿ ਜਾਏਗਾ, ਠੀਕ ਹੈ। ਅਤੇ ਅੱਜ ਦੀ ਰੂਟੀਨ ਸਾਡੀ ਇਹੋ ਹੀ ਜੀ, ਅੱਜ ਗਰਾਊਂਡ ਨੂੰ ਅਸੀਂ ਪਾਣੀ ਲਾਇਆ ਅਤੇ ਬੜੀ ਮੁਸ਼ਕਤ ਨਾਲ 2 ਕਿੱਲੇ ਦਾ ਪੈਪ ਪਾ ਕੇ ਅਤੇ ਪਾਣੀ ਲਿਆਂਦਾ, ਖਿੱਚ ਖਿੱਚ ਕੇ ਪਾਣੀ ਲਾਇਆ, ਬੜਾ ਨਾ ਜ਼ਬਰਦਸਤ ਮੁੰਡਿਆਂ ਬੜੀ ਮਿਹਨਤ ਕੀਤੀ ਆ। ਅਤੇ ਸਾਡੀ ਇਸ ਮਿਹਨਤ ਨੂੰ ਰਾਜਗਾਨਾ ਜਾਣ ਦਿਓ ਅਤੇ ਸਾਨੂੰ ਕਰ ਦਿਓ ਸਪੋਰਟ, ਲਾਈਕ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਨਵੇਂ ਵੀਵਰ ਕਰ ਦੇਣ ਅਤੇ ਸਾਨੂੰ ਸਪੋਰਟ ਕਰਿਆ ਕਰੋ ਸਾਡੇ ਚੈਨਲ ਨੂੰ। ਅਤੇ ਅੱਜ ਸਾਡੀ ਇਹੀ ਰੂਟੀਨ ਸੀ ਜੀ, ਅਤੇ ਸਾਨੂੰ ਦਿਓ ਇਜਾਜ਼ਤ ਜੀ, ਬਹੁਤ ਸ਼ੁਕਰੀਆ ਜੀ, ਅੱਲਾ ਹਾਫਿਜ਼।